ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ। ਕਿਸਾਨ ਜਥੇਬੰਦੀਆਂ ਵੱਲੋਂ 13 ਤਰੀਕ ਨੂੰ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ। ਉੱਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਆ। ਉਹਨਾਂ ਨੇ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨ ਜਥੇਬੰਦੀਆਂ ਨਾਲ ਮਿਲੋ ਤਾਂ ਕਿ ਉਹਨਾਂ ਨੂੰ ਸਾਥ ਮਿਲ ਸਕੇ। ਦੋਸਤੋ, ਅੱਜ ਮੈਂ ਤੁਹਾਡੇ ਨਾਲ ਕਿਸਾਨਾਂ ਦੇ ਜਿਹੜਾ ਸੰਘਰਸ਼ ਕਰਨ ਜਾ ਰਹੀ ਹੈ ਕਿਸਾਨ ਮਜ਼ਦੂਰ ਮੋਰਚਾ, 13 ਫਰਵਰੀ ਨੂੰ ਦਿੱਲੀ ਚਲੋ ਦਿੱਲੀ ਮਾਰਚ, ਉਹਦੇ ਬਾਰੇ ਚਰਚਾ ਵੀ ਕਰਨੀ ਹੈ ਅਤੇ ਤੁਹਾਨੂੰ ਬੇਨਤੀ ਕਰਨੀ ਕਿ ਆਪਾਂ ਸਭ ਇਨਸਾਫ ਪਸੰਦ ਲੋਕਾਂ ਨੇ, ਰਾਜਸਥਾਨ ਵਾਲਿਆਂ ਨੇ, ਹਿਮਾਚਲ ਵਾਲਿਆਂ ਨੇ, ਹਰਿਆਣੇ ਵਾਲਿਆਂ ਨੇ, ਉੱਤਰਾਖੰਡ ਵਾਲਿਆਂ ਨੇ, ਪੰਜਾਬ ਵਾਲਿਆਂ ਨੇ, ਸਭ ਨੇ ਕਿਸਾਨਾਂ ਨੇ ਅਤੇ ਖੇਤ ਮਜ਼ਦੂਰਾਂ ਨੇ ਇਹਦੇ 'ਚ ਵੱਧ ਚੜ੍ਹ ਕੇ ਹਿੱਸਾ ਲੈਣਾ, ਕਿਉਂਕਿ ਬੜੇ ਅਰਸੇ ਤੋਂ ਕਿਸਾਨਾਂ ਦੇ ਬੜੇ ਪੱਖ ਦੇ ਮਸਲੇ ਜਿਉਂ ਦੇ ਤਿਉਂ ਬਰਕਰਾਰ ਖੜ੍ਹੇ ਨੇ। ਤੁਹਾਨੂੰ ਸਭ ਨੂੰ ਯਾਦ ਹੈ ਕਿ ਜਿੱਦਾਂ ਬਹੁਤ ਵੱਡਾ ਕਿਸਾਨ ਅੰਦੋਲਨ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਇਆ ਔਰ 1.25 ਸਾਲ 1.5 ਸਾਲ ਬੈਠੇ ਰਹੇ, 600-700 ਕਿਸਾਨ ਉੱਥੇ ਮਰ ਗਿਆ ਔਰ ਗੌਰਮੈਂਟ ਨੇ ਵਾਅਦਾ ਕੀਤਾ ਉਸ ਵਕਤ BJP ਸਰਕਾਰ ਨੇ ਕਿ ਅਸੀਂ ਤੁਹਾਡੀਆਂ ਹੱਕੀ ਮੰਗਾਂ ਜ਼ਰੂਰ ਮੰਨਾਂਗੇ। ਲੇਕਿਨ 1.5-2 ਸਾਲ ਬੀਤਣ ਤੋਂ ਬਾਅਦ ਉਹ ਸਾਰੀਆਂ ਮੰਗਾਂ ਜਿਉਂ ਦੀਆਂ ਤਿਉਂ ਲਟਕੀਆਂ। ਤਾਂ ਮੈਂ ਸਮਝਦਾ ਕਿ ਕਿਸਾਨ ਬੜੇ ਹੱਕ ਬਜਾਨਬ ਨੇ ਆਪਣੀ ਗੱਲ ਕਹਿਣ ਵਾਸਤੇ ਔਰ ਆਹ ਮੇਰੇ ਹੱਥ ਵਿੱਚ ਉਹਨਾਂ ਦਾ ਜਿਹੜਾ ਚਾਰਟਰ ਹੈ ਡਿਮਾਂਡਸ ਦਾ, ਮੈਂ ਸਾਰਾ ਤਾਂ ਨਹੀਂ ਪੜ੍ਹਦਾ, ਲੇਕਿਨ 2-3 ਮੰਗਾਂ ਜ਼ਰੂਰ ਕਹਿਣੀਆਂ ਜਿਹੜੀਆਂ ਵਾਅਦਾ ਕੀਤਾ ਸੀਗਾ ਕਿ ਅਸੀਂ ਜ਼ਰੂਰ ਪੂਰੀਆਂ ਕਰਾਂਗੇ। ਸਭ ਤੋਂ ਵੱਡੀ ਗੱਲ ਹੈ ਕਿ MSP ਨੂੰ ਇੱਕ ਕਾਨੂੰਨ ਬਣਾਇਆ ਜਾਵੇ ਤਾਂ ਕਿ ਕੋਈ ਵੀ ਵਪਾਰੀ, ਕੋਈ ਇਸ ਤਰ੍ਹਾਂ ਦਾ ਆਦਮੀ ਕਿਸਾਨਾਂ ਦਾ ਸ਼ੋਸ਼ਣ ਨਾ ਕਰੇ। ਇੱਕ ਤੁਸੀਂ ਰੇਟ ਤੈਅ ਕਰ ਦਿਓ ਕਿ ਕਣਕ ਦਾ, ਝੋਨੇ ਦਾ ਅਤੇ ਦੂਸਰੀਆਂ ਗੰਨੇ ਵਗੈਰਾ ਅੱਛੀਆਂ ਵੱਡੀਆਂ ਫਸਲਾਂ ਦਾ, ਕਿ ਆਹ ਸਰਕਾਰ MSP ਤੈਅ ਕਰਦੀ ਹੈ, ਸਰਕਾਰ ਖਰੀਦੇ ਜਾਂ ਕੋਈ ਪ੍ਰਾਈਵੇਟ ਪਰਚੇਜ਼ ਕਰੇ, ਸਾਨੂੰ ਕੋਈ ਇਤਰਾਜ਼ ਨਹੀਂ ਗਾ, ਲੇਕਿਨ ਉਸ ਭਾਅ ਤੋਂ ਥੱਲੇ ਨਾ ਖਰੀਦੇ। ਔਰ ਇਹ ਸਵਾਮੀਨਾਥਨ ਜਿਹੜਾ ਫਾਰਮੂਲਾ ਹੈ C2+50% ਪ੍ਰੋਫਿਟੇਬਲ MSP, ਸਵਾਮੀਨਾਥਨ ਨੂੰ ਕੱਲ ਹੀ ਸਾਡੇ ਦੇਸ਼ ਦੀ ਸਰਕਾਰ ਨੇ ਭਾਰਤ ਰਤਨ ਦੇ ਨਾਲ ਉਹਨੂੰ ਸਨਮਾਨਿਤ ਕੀਤਾ। ਤੁਸੀਂ ਇਹਦਾ ਮਤਲਬ ਤੁਸੀਂ ਉਹਨੂੰ ਮੰਨਿਆ ਕਿ ਅੱਛਾ ਫਾਰਮ ਸਾਇੰਟਿਸਟ ਸੀਗਾ, ਇਹਨੇ ਬੜਾ ਵੱਡਾ ਯੋਗਦਾਨ ਪਾਇਆ ਖੇਤੀ ਨੂੰ ਦੇ ਸੁਧਾਰ ਵਾਸਤੇ, ਬੜੇ ਅੱਛੇ ਸੁਝਾਓ ਦਿੱਤੇ ਆ, ਭਾਰਤ ਰਤਨ ਤੁਸੀਂ ਦਿੱਤਾ, ਲੇਕਿਨ ਉਹਦੀਆਂ ਅਗਰ ਮੰਗਾਂ ਨਹੀਂ ਉਹਦੇ ਸੁਝਾਓ ਨਹੀਂ ਮੰਨੋਗੇ ਤਾਂ ਫਿਰ ਐਗਰੀਕਲਚਰ ਜਿਹੜਾ ਉਹ ਕਿੱਦਾਂ ਸਰਵਾਈਵ ਕਰੇਗਾ। ਔਰ 60-70% ਸਾਡੇ ਦੇਸ਼ ਦਾ ਪੇਂਡੂ ਤਬਕਾ ਖੇਤੀ ਨਾਲ ਕਨੈਕਟਡ ਹੈਗਾ। ਸੋ ਇੱਕ ਤਾਂ MSP ਨੂੰ ਸਹੀ ਮਹੀਨਿਆਂ ਵਿੱਚ ਕਾਨੂੰਨ ਬਣਾਇਆ ਜਾਵੇ, ਦੂਸਰਾ ਕਿ ਸਾਰੇ ਕਿਸਾਨਾਂ ਦਾ ਜਿਹੜਾ ਹੈ ਕਰਜ਼ਾ ਮਾਫ਼ ਕੀਤਾ ਜਾਵੇ। ਦੇਖੋ, ਪਿਛਲੇ 10 ਸਾਲ ਵਿੱਚ BJP ਸਰਕਾਰ ਨੇ ਘੱਟੋ ਘੱਟ 15 ਲੱਖ ਕਰੋੜ ਰੁਪਇਆ ਬਹੁਤ ਬਹੁਤ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਮਾਫ਼ ਕੀਤਾ ਵਾ ਔਰ ਉਸ ਕਰਜ਼ੇ ਵਿੱਚ ਇੱਕ ਇੱਕ ਘਰ ਨੂੰ 10,000 ਕਰੋੜ, 15,000 ਕਰੋੜ, 25,000 ਕਰੋੜ ਰੁਪਏ ਦਾ ਫਾਇਦਾ ਹੋਇਆ ਜਿਹੜੇ ਵੱਡੇ ਵਪਾਰੀ ਨੂੰ। ਉਹ ਤਾਂ ਕਰਜ਼ਾ ਹੋ ਗਿਆ ਵੀ ਥੋੜ੍ਹੇ ਜਿਹੇ ਘਰਾਣਿਆਂ ਦਾ ਤੁਸੀਂ ਐਡਾ ਵੱਡਾ ਕਰਜ਼ਾ ਮਾਫ਼ ਕੀਤਾ ਵਾ, ਅਤੇ ਜਿਹੜੇ ਕਿਸਾਨ ਨੇ ਤਾਂ ਕਰੋੜਾਂ ਘਰ ਨੇ ਖੇਤ ਮਜ਼ਦੂਰੀ ਦੇ ਨਾਲ ਜੁੜਿਆ ਹੋਇਆ ਵਾ ਅਤੇ ਇਹਨਾਂ ਨੇ ਸਾਰੀ ਜ਼ਿੰਦਗੀ ਦੇਸ਼ ਦੀ ਸੇਵਾ ਵਾਸਤੇ ਆਪਣੀ ਲਾ ਦਿੱਤੀ ਆ। ਅੱਜ ਪੰਜਾਬ ਦਾ ਕਿਸਾਨ 1 ਲੱਖ ਕਰੋੜ ਦਾ ਕਰਜ਼ਈ ਆ ਔਰ ਆਤਮ ਹੱਤਿਆ ਕਰ ਰਿਹਾ ਵਾ, ਆਪ ਭੁੱਖਾ ਹੋ ਗਿਆ। ਇਸੇ ਤਰ੍ਹਾਂ ਦੇਸ਼ ਦੇ ਕਿਸਾਨਾਂ ਦਾ ਕਰਜ਼ਾ, ਮੇਰੇ ਖਿਆਲ ਸਾਰੇ ਦੇਸ਼ ਦੇ ਕਿਸਾਨਾਂ ਦਾ ਕਰਜ਼ਾ 4-5 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਨਹੀਂ ਗਾ, ਅਤੇ ਜੇ ਆਪਾਂ 15 ਲੱਖ ਕਰੋੜ ਰੁਪਇਆ ਥੋੜ੍ਹੇ ਜਿਹੇ ਤਾਕਤਵਰ ਕਾਰਪੋਰੇਟ ਘਰਾਣਿਆਂ ਦਾ, ਵਪਾਰੀਆਂ ਦਾ ਮਾਫ਼ ਕਰ ਸਕਦੇ ਹਾਂ ਤਾਂ ਇਹ ਤਾਂ ਵਿਚਾਰੇ ਕਰੋੜਾਂ ਪਰਿਵਾਰ ਨੇ ਸਾਰੇ ਦੇਸ਼ ਦੇ ਵਿੱਚ ਔਰ ਇਹਨਾਂ ਦੇ ਨਾਲ ਖੇਤ ਮਜ਼ਦੂਰ, ਉਹਨਾਂ ਦਾ ਵੀ ਮਾਫ਼ ਹੋਣਾ ਚਾਹੀਦਾ, ਬਹੁਤ ਗਰੀਬ ਆਦਮੀ ਨੇ ਇਸ ਤਰ੍ਹਾਂ। ਔਰ ਜਿਹੜੇ ਮਗਰਲੀ ਐਜੂਟੇਸ਼ਨ ਦੇ ਜਿਹੜੇ ਮੁੱਦੇ ਸੀ ਉਹ ਅੱਜ ਵੀ ਹਲੇ ਮੰਗਾਂ ਪੂਰੀਆਂ ਨਹੀਂ ਕੀਤੀਆਂ। ਲਖੀਮਪੁਰ ਖੇੜੀ ਦੇ ਵਿੱਚ 4 ਵਿਅਕਤੀਆਂ ਦਾ ਇੱਕ ਮੰਤਰੀ ਦੇ ਮੁੰਡੇ ਵੱਲੋਂ ਕੁਚਲ ਦਿੱਤਾ ਜਾਣਾ, ਅੱਜ ਵੀ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਇਸ ਤਰ੍ਹਾਂ ਨਾਲ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਨੇ ਉਹ ਸਾਰੀਆਂ ਪ੍ਰਵਾਨ ਹੋਣੀਆਂ ਚਾਹੀਦੀਆਂ।
ਕਿਉਂਕਿ ਅੱਜ ਜਿਹੜਾ ਵਾਤਾਵਰਨ ਹੈ ਸਾਰੇ ਦੇਸ਼ ਦੇ ਵਿੱਚ, ਉਹ ਕਿਸਾਨ ਤੇ ਖੇਤ ਮਜ਼ਦੂਰ ਆਪਣੇ ਆਪ ਨੂੰ ਪਛੜਿਆ ਹੋਇਆ ਸਮਝ ਰਿਹਾ ਵਾ। ਸਭ ਤੋਂ ਤਾਕਤਵਰ ਦੇਸ਼ ਦਾ ਹਿੱਸਾ ਹੋਵੇ, ਉਹੀ ਦੇਸ਼ ਦੀ ਤਰੱਕੀ ਕਰਾ ਰਹੇ ਨੇ, ਤੇ ਉਹੀ ਆਪਣੇ ਆਪ ਨੂੰ ਅਣਗੌਲਿਆ ਸਮਝਦਾ, ਪਛੜਿਆ ਸਮਝਦਾ, ਇਗਨੋਰਡ ਸਮਝਦਾ, ਇਹ ਤਾਂ ਦੇਸ਼ ਦੀ ਸਰਕਾਰ ਵਾਸਤੇ ਬਹੁਤ ਮਾੜੀ ਗੱਲ ਆ। ਇਸ ਸ਼ਾਇਦ ਬਜਟ ਦੇ ਵਿੱਚ ਦੇਸ਼ ਦੀ ਸਰਕਾਰ ਨੇ ਡਿਫੈਂਸ ਦਾ ਬਜਟ ਜਿਹੜਾ ਇਕੱਲਾ ਉਹ 6 ਲੱਖ ਕਰੋੜ ਰੁਪਇਆ ਸ਼ਾਇਦ ਵਧਾਇਆ ਵਾ, ਜਾਂ ਜਿੰਨਾ ਵੀ ਵਧਾਇਆ ਮੈਨੂੰ ਐਗਜੈਕਟ ਫਿਗਰਸ ਨਹੀਂ ਪਤਾ, ਪਰ ਕਿਸਾਨਾਂ ਵਾਸਤੇ ਤਾਂ ਇਸ ਬਜਟ ਵਿੱਚ ਕੁਛ ਵੀ ਨਹੀਂ ਆਇਆ। ਇਸ ਕਰਕੇ ਬਤੌਰ ਮੈਂ ਪ੍ਰਧਾਨ ਆ ਸਾਰੇ ਆਲ ਇੰਡੀਆ ਕਾਂਗਰਸ ਕਮੇਟੀ ਦਾ, ਜਿਹੜਾ ਦੇਸ਼ ਦੇ ਕਿਸਾਨਾਂ ਦਾ ਜਿਹੜਾ ਵਿੰਗ ਹੈ ਉਹਦਾ ਪ੍ਰੈਜ਼ੀਡੈਂਟ ਹਾਂ ਮੈਂ। ਮੈਂ ਤੁਹਾਨੂੰ ਅਪੀਲ ਕਰ ਰਿਹਾ ਕਿ ਤੁਸੀਂ ਸਾਰਿਆਂ ਨੇ ਇਸ 13 ਫਰਵਰੀ ਵਾਲੇ ਅੰਦੋਲਨ ਵਿੱਚ ਵੱਧ ਚੜ੍ਹ ਕੇ ਹਿੱਸਾ ਲਵੋ, ਤਾਂ ਕਿ ਸਾਡੀਆਂ ਹੱਕੀ ਮੰਗਾਂ, ਅਸੀਂ ਕੋਈ ਗੈਰ ਵਾਜਬ ਮੰਗ, ਕੋਈ ਵੀ ਕਿਸਾਨ ਅਤੇ ਗਰੀਬ ਆਦਮੀ ਜਿਹੜਾ ਉਹ ਕੋਈ ਗੈਰ ਵਾਜਬ ਮੰਗ ਨਹੀਂ ਮੰਗ ਰਿਹਾ। ਅਸੀਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਸਾਨੂੰ ਇਕੱਲਿਆਂ ਨੂੰ ਫਲਾਨੀ ਚੀਜ਼ ਦੇ ਦਿਓ, ਨਹੀਂ। ਔਰ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਜਿਹੜੇ ਕਿਸਾਨ ਮਰ ਗਏ ਉਹਨਾਂ ਦੇ ਬੱਚਿਆਂ ਨੂੰ ਨੌਕਰੀਆਂ ਦੇਣੀਆਂ, ਇਹ ਤੁਹਾਡਾ ਇੱਥੋਂ ਦੇਸ਼ ਦੇ ਹੀ ਬਛਿੰਦੇ ਨੇ। ਔਰ ਯਾਦ ਰਹੇ ਕਿ ਇਹਨਾਂ ਕਿਸਾਨਾਂ ਦੇ ਪੁੱਤ ਹੀ ਬਾਰਡਰ 'ਤੇ ਰਖਵਾਲੀ ਕਰ ਰਹੇ ਨੇ, ਕਿਸੇ ਵਪਾਰੀ ਦਾ, ਕਿਸੇ ਦੁਕਾਨਦਾਰ ਦਾ, ਜਾਂ ਕਿਸੇ ਅਡਾਨੀ ਅਤੇ ਅੰਬਾਨੀ ਦਾ ਬੱਚਾ ਦੇਸ਼ ਦੇ ਬਾਰਡਰਸ 'ਤੇ ਨੇਗਾ। ਇਹਨਾਂ ਕਿਸਾਨਾਂ ਦੇ ਹੀ ਬੱਚੇ ਮਰ ਰਹੇ ਨੇ, ਉਹ ਰੋਜ਼ ਉਹਨਾਂ ਦੀਆਂ ਲਾਸ਼ਾਂ ਆਉਂਦੀਆਂ ਪੰਜਾਬ ਔਰ ਦੂਸਰੇ ਸਟੇਟਸ ਵਿੱਚ। ਇਸ ਕਰਕੇ ਉਹਨਾਂ ਦਾ ਬਣਦਾ ਅਧਿਕਾਰ ਉਹਨਾਂ ਨੂੰ ਦਿੱਤਾ ਜਾਵੇ। ਮੇਰਾ ਖਿਆਲ ਹੈ ਇੱਕ ਬਹੁਤ ਅੱਛੀ ਵੱਡੀ ਤਨਜ਼ੀਮ ਹੋ ਰਿਹਾ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ, ਉਹਨਾਂ ਨੇ ਵੀ ਪੰਜਾਬ ਸਰਕਾਰ ਨੂੰ ਕੋਈ ਅਲਟੀਮੇਟਮ ਦਿੱਤਾ ਵਾ ਕਿ ਅਸੀਂ ਜੇ ਤੁਸੀਂ ਸਾਡੀਆਂ ਗੱਲਾਂ ਨਹੀਂ ਮੰਨੋਗੇ ਤਾਂ ਅਸੀਂ ਚੰਡੀਗੜ੍ਹ ਵਿੱਚ ਆਣ ਕੇ ਜਾਂ ਮੋਹਾਲੀ ਵਿੱਚ ਅਸੀਂ ਪ੍ਰੋਟੈਸਟ ਕਰਾਂਗੇ। ਉਹਨਾਂ ਵਿੱਚ ਵੀ ਹਿੱਸਾ ਪਾਓ। ਜਿਹੜੀ ਵੀ ਕੋਈ ਜਥੇਬੰਦੀ ਕਿਸਾਨਾਂ ਦੀ ਗੱਲ ਕਹਿ ਕੇ ਕੋਈ ਐਜੀਟੇਟ ਕਰ ਰਹੀ ਹੈ, ਭਾਵੇਂ ਉਹ ਕਿਸੇ 'ਚ ਆ, ਕਿਉਂਕਿ ਮੈਨੂੰ ਨਹੀਂ ਪਤਾ ਕੇਂਦਰ ਇਹਨਾਂ ਦੇ ਕੋਈ ਆਪਸ ਵਿੱਚ ਕੋਈ ਮਤਭੇਦ ਨੇ ਜਾਂ ਕੌਣ ਕਿਹੜੇ ਵਿੱਚ ਆ। ਮੈਂ ਸਮਝਦਾ ਕਿ ਜਿਹੜਾ ਵੀ ਇੱਕ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰ ਰਿਹਾ, ਚਾਹੇ ਉਹ ਇਸ ਵਕਤ ਕਿਸਾਨ ਮਜ਼ਦੂਰ ਮੋਰਚਾ ਹੈ KMM, ਚਾਹੇ ਉਹ BKU ਉਗਰਾਹਾਂ ਹੈ, ਚਾਹੇ ਆਉਣ ਵਾਲੇ ਦਿਨਾਂ ਵਿੱਚ SKM ਨੇ ਵੀ ਕੋਈ ਕਾਲ ਦਿੱਤੀ ਆ ਸੰਯੁਕਤ ਕਿਸਾਨ ਮੋਰਚੇ ਨੇ, ਇਹਨਾਂ ਸਾਰਿਆਂ ਵਿੱਚ ਆਪਾਂ ਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ। ਅਸੀਂ ਕਈ ਵਾਰ ਪੋਲੀਟੀਕਲ ਬੰਦੇ ਉੱਥੇ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਅਸੀਂ ਉਹਨਾਂ ਨੂੰ ਔਕਵਰਡ ਨਾ ਕਰੀਏ, ਉਹ ਨਾ ਮਹਿਸੂਸ ਕਰਕੇ ਰਾਜਨੀਤਿਕ ਬੰਦੇ ਸਾਡੇ ਸੰਘਰਸ਼ ਵਿੱਚ ਆਣ ਕੇ ਅਤੇ ਇਹਦਾ ਕੋਈ ਲਾਹਾ ਲੈਣਾ ਚਾਹੁੰਦੇ। ਅਸੀਂ ਪਿੱਛੇ ਰਹਿ ਕੇ ਅਸੀਂ ਹਾਲਾਂਕਿ ਪਿਛਲੇ ਅੰਦੋਲਨ ਵਿੱਚ ਮੈਂ ਜਿੰਨੇ ਜੋਗਾ ਸੀਗਾ ਸੀ ਔਰ ਹੋਰ ਕਈਆਂ ਨੇ ਕਾਫੀ ਅੱਛਾ ਹਿੱਸਾ ਪਾਇਆ, ਯੋਗਦਾਨ ਪਾਇਆ, ਪਰ ਫਿਰ ਵੀ ਅਸੀਂ ਪਿੱਛੇ ਰਹਿ ਕੇ। ਔਰ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰੂੰਗਾ ਕਿ ਜਿੱਦਾਂ ਮੈਂ ਅਪੀਲ ਕਰ ਰਿਹਾ ਇਹਨਾਂ ਦੇ ਹੱਕ ਵਿੱਚ, ਸ਼੍ਰੋਮਣੀ ਅਕਾਲੀ ਦਲ ਔਰ ਜਿਹੜੀ ਆਮ ਆਦਮੀ ਪਾਰਟੀ ਆ, ਜਾਂ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ, ਜਾਂ ਹੋਰ ਜਿਹੜੀਆਂ ਪੋਲੀਟੀਕਲ ਪਾਰਟੀਜ਼ ਘੱਟੋ ਘੱਟ ਪੰਜਾਬ ਦੀਆਂ ਨੇ, BJP ਨੂੰ ਛੱਡ ਕੇ, ਕਿਉਂਕਿ BJP ਦਾ ਵਿੱਚ ਉਹਦੇ 'ਚ ਆਪ ਹੀ ਇੱਕ ਧਿਰ ਹੈਗੀ ਬਣੀ ਹੋਈ, ਉਹ ਤਾਂ ਚੋਣ 'ਤੇ 5 ਮਿੰਟ ਦਾ ਕੰਮ ਹੈ, ਸਾਰੀਆਂ ਗੱਲਾਂ ਹੀ ਮਨਾ ਸਕਦੇ ਨੇ। ਇਹ ਸਾਰੀਆਂ ਗੱਲਾਂ ਵਾਸਤੇ ਸਭ ਨੂੰ, ਸਾਰੀਆਂ ਪਾਰਟੀਆਂ ਨੂੰ ਇਹਨਾਂ ਅੰਦੋਲਨਾਂ ਦਾ, ਸਾਰਿਆਂ ਅੰਦੋਲਨਾਂ ਦਾ, ਕਿਸਾਨ ਅੰਦੋਲਨ ਦਾ, ਅੰਦੋਲਨਾਂ ਦਾ ਸਪੋਰਟ ਕਰਨੀ ਚਾਹੀਦੀ। ਅੱਜ ਥੋੜ੍ਹੀ ਜਿਹੀ ਇੱਕ ਟਿੱਪਣੀ ਕਰਨਾ ਚਾਹੁੰਦਾ ਕਿ ਸੁਣ ਰਹੇ ਕਿ ਅਕਾਲੀ ਭਾਜਪਾ ਦਾ ਗੱਠਜੋੜ ਹੋ ਰਿਹਾ, ਲੇਕਿਨ ਗੱਠਜੋੜ ਤਾਂ ਟੁੱਟਿਆ ਇਸ ਕਰਕੇ ਸੀ ਹਰਸਿਮਰਤ ਕੌਰ ਹੋਣਾ ਨੇ ਇਸ ਲਈ ਅਸਤੀਫਾ ਦਿੱਤਾ ਸੀਗਾ ਕਿਉਂਕਿ ਉਹਨਾਂ ਨੇ ਕਿਹਾ ਕਿ ਜਦ ਤੱਕ ਮਿਨੀਮਮ ਸਪੋਰਟ ਪ੍ਰਾਈਸ MSP ਨੂੰ ਕਾਨੂੰਨ ਨਹੀਂ ਬਣਾਏਗੀ BJP, ਅਸੀਂ ਇਹ ਸਰਕਾਰ 'ਚ ਨਹੀਂ ਰਹਿ ਸਕਦੇ। ਤਾਂ ਫਿਰ ਹੁਣ ਕਿਹੜੇ ਮੂੰਹ ਦੇ ਨਾਲ ਬਿਨਾਂ MSP ਦਾ ਕਾਨੂੰਨ ਲਿਆ, ਜਾਂ ਜਿਹੜੀਆਂ ਵੱਡੀਆਂ ਗੱਲਾਂ ਨੇ ਕਿਸਾਨਾਂ ਦੀਆਂ, ਉਹਨਾਂ ਦੀਆਂ ਗੱਲਾਂ ਨੂੰ ਪੂਰੇ ਕਰਾਉਣ ਤੋਂ ਬਗੈਰ ਉਹ ਕਿਹੜੇ ਗੱਲ ਦੇ ਨਾਲ, ਕਿਹੜੀ ਗੱਲ ਨਾਲ ਉਹ ਗੱਠਜੋੜ ਵਿੱਚ ਜਾਣ? ਸਾਨੂੰ ਕੋਈ ਇਤਰਾਜ਼ ਨਹੀਂ ਕਿ ਗੱਠਜੋੜ ਕਰਨਾ ਉਹ ਜੀ ਸਦ ਕੇ ਕਰ ਸਕਦੇ, ਪਰ ਬਹੁਤ ਸਾਰੇ ਇਸ਼ੂਜ਼ ਇਸ ਤਰ੍ਹਾਂ ਦੇ ਨੇ ਜਿਹੜਾ ਅਕਾਲੀ ਦਲ ਨੂੰ ਜਵਾਬ ਦੇਣੇ ਹੋਣਗੇ। ਜਿੱਦਾਂ ਯੂਨੀਫਾਰਮ ਸਿਵਲ ਕੋਡ ਬਣ ਰਿਹਾ ਹੈ ਉੱਤਰਾਖੰਡ ਦੇ ਵਿੱਚ, ਉਹ ਘੱਟ ਗਿਣਤੀਆਂ ਵਾਸਤੇ ਸਿੱਧੀ ਸਿੱਧੀ ਖਤਰੇ ਦੀ ਘੰਟੀ। ਅੱਜ ਇੱਕ ਸਟੇਟ 'ਚ ਬਣਾਇਆ, 2024 ਦੀਆਂ ਚੋਣਾਂ ਤੋਂ ਬਾਅਦ ਸਾਰੇ ਦੇਸ਼ ਵਿੱਚ ਕਾਨੂੰਨ ਬਣੇਗਾ, ਤਾਂ ਉਹਦੇ 'ਚ ਚਾਹੇ ਉਹ ਕ੍ਰਿਸਚਨਸ ਨੇ, ਚਾਹੇ ਉਹ
ਮੁਸਲਮਾਨ ਨੇ, ਚਾਹੇ ਉਹ ਸਿੱਖ ਨੇ, ਚਾਹੇ ਉਹ ਦਲਿਤ ਨੇ, ਉਹਨਾਂ ਦੇ ਤਾਂ ਅਧਿਕਾਰ ਹੀ ਵਿਚਾਰਿਆਂ ਦੇ ਖੁੰਝ ਜਾਣਗੇ। ਸੋ ਆਪਾਂ ਸਾਰਿਆਂ ਨੂੰ ਇਸ ਤਰ੍ਹਾਂ ਦੇ ਇਸ਼ੂਜ਼ ਦੇ ਉੱਤੇ ਵੀ ਪਹਿਰਾ ਦੇਣਾ ਚਾਹੀਦਾ। ਜਿਹੜਾ ਹਜ਼ੂਰ ਸਾਹਿਬ ਦੇ ਬੋਰਡ ਵਿੱਚ ਡਾਇਰੈਕਟ ਨੋਮੀਨੇਟ ਕਰਨ ਲੱਗੀ ਗਵਰਨਮੈਂਟ, ਇਹ ਵੀ ਗਲਤ ਹੈ। ਤੁਸੀਂ ਹਰੇਕ ਧਰਮ ਦੇ ਲੋਕਾਂ ਨੂੰ ਫਰੀਡਮ ਦਿਓ ਕਿ ਆਪਣੀ ਉਹ ਮਰਜ਼ੀ ਦੇ ਨਾਲ ਆਪਣੀ ਧਾਰਮਿਕ ਪ੍ਰੈਕਟਿਸਿਸ ਕਰ ਸਕਣ। ਉਹਦੇ 'ਚ ਮੁਦਾਖਲਤ ਕਰਦੀ ਹੈ ਸਰਕਾਰ ਤਾਂ ਉਹਦਾ ਕੋਈ ਅੱਛੇ ਰਿਜ਼ਲਟ ਨਹੀਂ ਨਿਕਲਦੇ। ਆਈ ਐਮ ਕੁਆਇਟ ਸ਼ੋਰ ਕਿ ਸਾਰੀਆਂ ਗੱਲਾਂ ਕੇਂਦਰ ਸਰਕਾਰ ਵੀ ਸਮਝਦੀ ਆ, ਔਰ ਸਾਡੇ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਦਾ ਜਿਹੜਾ ਸਾਰਾ ਡਿਮਾਂਡਸ ਹੈ ਉਹ ਬਹੁਤ ਲੈਜੀਟੀਮੇਟ ਹੈ। ਬਲਕਿ ਮੈਂ ਇਹਦੇ 'ਚ ਐਡ ਕਰ ਦਿੰਦਾ ਕਿ ਬੰਦੀ ਸਿੰਘਾਂ ਦੀ ਵੀ ਗੱਲ ਬਹੁਤ ਲੈਜੀਟੀਮੇਟ ਹੈ ਡਿਮਾਂਡ। ਜਿਹੜੇ ਵਿਚਾਰੇ ਜੇਲ੍ਹਾਂ ਕੈਦਾਂ ਪੂਰੀਆਂ ਕਰ ਚੁੱਕੇ ਨੇ ਉਹਨਾਂ ਨੂੰ ਕਾਹਦੇ ਵਾਸਤੇ ਰੱਖਦੇ ਹਾਂ? ਆਪਾਂ ਸਾਰੇ ਇੱਕ ਦੇਸ਼ ਦੇ ਬਸ਼ਿੰਦੇ ਹਾਂ। ਜੇ ਆਪਾਂ ਇਸ ਤਰ੍ਹਾਂ ਨਾਲ ਇੱਕ ਵਰਗ ਨਾਲ, ਇੱਕ ਹਿੱਸੇ ਨਾਲ, ਇੱਕ ਕਿਸੇ ਨਾਲ ਜ਼ਿਆਦਤੀ ਕਰਾਂਗੇ ਤਾਂ ਉਹਦੇ ਨਾਲ ਉਹ ਦੇਸ਼ ਤੋਂ ਦੂਰ ਹੁੰਦੇ ਨੇ, ਉਹ ਦੇਸ਼ ਮਜ਼ਬੂਤ ਨਹੀਂ ਹੁੰਦਾ, ਉਹ ਦੇਸ਼ ਕਮਜ਼ੋਰ ਹੁੰਦਾ ਵਾ। ਤੋ ਕਮਿੰਗ ਬੈਕ ਟੂ ਦ ਪੁਆਇੰਟ, ਦੁਬਾਰਾ ਫਿਰ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਜਿਹੜਾ 13 ਫਰਵਰੀ ਨੂੰ ਕਿਸਾਨ ਮਜ਼ਦੂਰ ਮੋਰਚਾ ਨੇ ਕਾਲ ਦਿੱਤੀ ਆ ਦਿੱਲੀ ਚਲੋ ਦੀ, ਦਿੱਲੀ ਮਾਰਚ ਦੀ, ਉਹਦੇ 'ਚ ਵੱਧ ਚੜ੍ਹ ਕੇ ਟਰੈਕਟਰ ਟਰੋਲੀਆਂ ਲੈ ਕੇ ਔਰ ਉਹਦੇ 'ਚ ਹਿੱਸਾ ਪਾਓ, ਔਰ ਨਾਲ ਜਿਹੜੀਆਂ ਦੂਸਰੀਆਂ ਜਥੇਬੰਦੀਆਂ ਵੀ ਪੰਜਾਬ ਦੇ ਵਿੱਚ ਕਾਲ ਦਿੰਦੀਆਂ, ਉਹਨਾਂ ਸਾਰਿਆਂ ਨੂੰ ਮਜ਼ਬੂਤ ਕਰੋ, ਉਹਨਾਂ ਦੀਆਂ ਹੱਕੀ ਮੰਗਾਂ ਦੀ ਸਪੋਰਟ ਕਰੋ। ਮੇਰੇ ਨਾਲ ਅੱਜ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜਿਵੇਂ ਤੁਸੀਂ ਸੁਣਿਆ, ਸੁਖਪਾਲ ਸਿੰਘ ਖਹਿਰਾ ਵੱਲੋਂ ਅਪੀਲ ਕੀਤੀ ਗਈ ਹੈ ਕਿ ਵੱਧ ਚੜ੍ਹ ਕੇ ਕਿਸਾਨ ਅੰਦੋਲਨ ਦੇ ਵਿੱਚ ਹਿੱਸਾ ਲਓ ਤਾਂ ਜੋ ਕਿਸਾਨਾਂ ਦੀਆਂ ਮੰਗਾਂ ਨੇ ਕਾਫੀ ਸਮੇਂ ਤੋਂ ਲਮਕੀਆਂ ਹੋਈਆਂ ਨੇ ਉਹਦਾ ਹੱਲ ਹੋ ਸਕੇ। ਕੈਮਰਾ ਪਰਸਨ ਸ਼ੰਕਰ ਦਰਾ, ਮੈਂ ਬਲਵਿੰਦਰ ਸਿੰਘ, ਤੁਸੀਂ ਦੇਖਦੇ ਰਹੋ D5 ਚੈਨਲ ਪੰਜਾਬੀ। ਨਿਡਰ ਹਾਂ, ਨਿਰਪੱਖ ਰਹਾਂਗੇ, ਆਜ਼ਾਦ ਹਾਂ, ਸੱਚ ਕਹਾਂਗੇ, ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ, ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ, ਦੱਸਾਂਗੇ ਕੌਣ ਕਰ ਰਿਹਾ ਤੁਹਾਡੇ ਤੇ ਸਬਰ, ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ, ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ, ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ, ਹੋਣਗੇ ਹਰ ਪਹਿਲੂ ਤੇ ਰੋਸ ਚਰਚੇ, ਖੋਲਾਂਗੇ ਅੰਦਰੂਨੀ ਰਾਜ, ਬਣਾਂਗੇ ਬੁਲੰਦ ਆਵਾਜ਼, ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ, ਹਰ ਪਿੰਡ ਹਰ ਸ਼ਹਿਰ ਜਾਵਾਂਗੇ, ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ, ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ, ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ, ਕੀ ਕਰਦੀ ਹੈ ਸਾਡੀ ਸਰਕਾਰ, ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ, D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ, ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ, ਅਬ D5 ਚੈਨਲ ਹਿੰਦੀ ਵੀ ਹੋਗਾ ਸਰ, D5 ਚੈਨਲ ਪੰਜਾਬੀ, ਆਪਣੀ ਧਰਤੀ ਆਪਣੇ ਲੋਕ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ, ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ।